ਡਰੋਨ ਦੇ ਜ਼ਰੀਏ ਦੇਖੋ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਕਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਨੂੰ ਭਾਜੜਾਂ ਪਈਆਂ ਨੇ। ਦਰਅਸਲ ਪੁਲਿਸ ਦੇ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਵੱਡਾ ਐਕਸ਼ਨ ਕੀਤਾ ਗਿਆ। ਨਸ਼ੇੜੀਆਂ ਦੇ ਨਸ਼ਾ ਤਸਕਰਾਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। DIG ਫਿਰੋਜ਼ਪੁਰ ਰੇਂਜ ਦੀ ਅਗਵਾਈ ਦੇ ਵਿੱਚ ਇਹ ਚੈਕਿੰਗ ਕੀਤੀ ਗਈ। ਘਰਾਂ ਦੇ ਵਿੱਚ ਪੁਲਿਸ ਦੇ ਮੁਲਾਜ਼ਮਾਂ ਨੇ ਇੱਕ ਇੱਕ ਚੀਜ਼ ਚੈੱਕ ਕੀਤੀ, ਫਰੋਲਾ ਫਰਾਲੀ ਕੀਤੀ। SSP ਅਸ਼ਵਨੀ ਕਪੂਰ ਵੀ ਨਾਲ ਮੌਜੂਦ ਰਹੇ। ਤਾਂ ਤਰਨ ਤਾਰਨ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਨਜ਼ਰ ਆਇਆ। ਡਰੋਨ ਦੇ ਰਾਹੀਂ ਦੇਖੋ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੀਆਂ ਡਾਰਾਂ ਨੇ ਜਿਹੜੀਆਂ ਇਲਾਕੇ ਦੇ ਵਿੱਚ ਜੋ ਸ਼ੱਕੀ ਹੈ ਜਿਸ ਨੂੰ ਲੈ ਕੇ ਇਹ ਚਰਚੇ ਨੇ ਕਿ ਇੱਥੇ ਨਸ਼ਾ ਧੜੱਲੇ ਨਾਲ ਵਿਕ ਰਿਹਾ, ਉਸ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ। ਇਹ ਪੰਜਾਬ ਗਵਰਨਮੈਂਟ ਅਤੇ ਸਾਡੇ DGP ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ 'ਤੇ ਇਹ ਰੈਗੂਲਰ ਆਪਰੇਸ਼ਨ ਚੱਲ ਰਹੇ ਹੈ। ਇਹ ਕੈਸੋ ਆਪਰੇਸ਼ਨ ਅਸੀਂ ਅੱਜ ਵੀ ਕਰ ਰਹੇ ਹਾਂ। ਇਹ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਚੱਲ ਰਿਹਾ ਹੈ। ਇਸ ਆਪਰੇਸ਼ਨ ਦਾ ਨਾਂ ਹੈ ਈਗਲ 4। ਇਸ ਤੋਂ ਪਹਿਲਾਂ 3 ਆਪਰੇਸ਼ਨ ਇਸ ਤਰ੍ਹਾਂ ਦੇ ਹੋ ਚੁੱਕੇ ਹੈ। ਅਤੇ ਜਿਹੜੇ ਸਮਗਲਰਸ, ਇਹ ਸਮਗਲਰਸ ਨੂੰ ਏ ਕੈਟਾਗਰੀ, ਬੀ ਅਤੇ ਸੀ ਕੈਟਾਗਰੀ ਵਾਈਜ਼ ਰੱਖਿਆ ਗਿਆ ਹੈ। ਅਤੇ ਉਹਨਾਂ 'ਤੇ ਅਸੀਂ ਘਰਾਂ ਦੀ ਸਰਚ, ਹੋਰ ਜਿਹੜਾ ਵੀ ਕੋਈ ਉਹਨਾਂ ਦਾ ਕਮਰਸ਼ੀਅਲ ਅਸਟੈਬਲਿਸ਼ਮੈਂਟ ਹੈ ਉੱਥੇ ਰੇਡ ਕਰ ਰਹੇ ਹਾਂ। ਅਤੇ ਜਿਹੜਾ ਵੀ ਅਸੀਂ ਆਪਰੇਸ਼ਨ ਕਰਦੇ ਹਾਂ, ਕਈ ਮੁਕੱਦਮੇ ਦਰਜ ਕੀਤੇ ਜਾਂਦੇ ਹੈ। ਅਤੇ ਅੱਜ ਵੀ SSP ਸਾਹਿਬ ਨੇ ਜਿਵੇਂ ਦੱਸਿਆ ਵੀ ਇੱਕ ਮੁਕੱਦਮਾ 450 ਗ੍ਰਾਮ ਹੀਰੋਇਨ ਦਾ ਹੋਇਆ ਹੈ। ਅਤੇ ਹਾਲੇ ਤਾਂ ਇਹ 2 ਵਜੇ ਤੱਕ ਆਪਰੇਸ਼ਨ ਚੱਲਣਾ ਹੈ ਅਤੇ ਹੋਰ ਵੀ ਰਿਕਵਰੀਜ਼ ਹੋਣਗੀਆਂ ਅਤੇ ਪੂਰੀ ਡਿਟੇਲ ਤੁਹਾਨੂੰ ਅਸੀਂ 2 ਵਜੇ ਤੋਂ ਬਾਅਦ ਦੇਵਾਂਗੇ। ਜਿਹੜੀਆਂ ਕੈਸੋ 'ਚ ਮਿਲੀ ਹੈ, ਜਿਹੜਾ ਅੱਜ ਕੈਸੋ ਆਪਰੇਸ਼ਨ 'ਚ ਮਿਲੀ ਹੈ ਸਰਾਏ ਮਾਨਤ ਖਾਨ ਦੇ ਏਰੀਏ 'ਚ, ਉਹ ਪਰਚਾ ਦਰਜ ਕਰ ਰਹੇ ਹਾਂ ਅਸੀਂ। ਅਤੇ ਹੋਰ ਜਿਹੜੀ ਸ਼ਾਮ ਨੂੰ ਕਿਹੜੀ ਡਿਟੇਲ ਰਿਕਵਰੀ ਹੋਏਗੀ ਉਹ ਵੀ ਤੁਹਾਡੇ ਧਿਆਨ 'ਚ ਲਿਆਵਾਂਗੇ। ਬਿਲਕੁਲ, ਜਿਹੜੇ ਕੋਈ ਵੱਡੇ ਸਮਗਲਰਸ ਹੈ, ਕਮਰਸ਼ੀਅਲ ਕੁਆਂਟਿਟੀ ਵਾਲੇ ਸਮਗਲਰਸ ਹੈ, ਅਸੀਂ ਉਹਨਾਂ ਦੀ ਪ੍ਰੋਪਰਟੀ ਵੀ ਫਰੀਜ਼ ਕਰ ਰਹੇ ਹਾਂ ਤਾਂ ਕਿ ਇਹ ਉਹਨਾਂ ਮਤਲਬ ਆਵੇ ਕਿ ਅੱਗੇ ਤੋਂ ਇਹ ਗਲਤ ਕੰਮ ਨਾ ਕਰਨ। ਡਰੋਨ ਦੇ ਜ਼ਰੀਏ ਦੇਖੋ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਕਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਨੂੰ ਭਾਜੜਾਂ ਪਈਆਂ ਨੇ। ਦਰਅਸਲ ਪੁਲਿਸ ਦੇ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਵੱਡਾ ਐਕਸ਼ਨ ਕੀਤਾ ਗਿਆ। ਨਸ਼ੇੜੀਆਂ ਦੇ ਨਸ਼ਾ ਤਸਕਰਾਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। DIG ਫਿਰੋਜ਼ਪੁਰ ਰੇਂਜ ਦੀ ਅਗਵਾਈ ਦੇ ਵਿੱਚ ਇਹ ਚੈਕਿੰਗ ਕੀਤੀ ਗਈ। ਘਰਾਂ ਦੇ ਵਿੱਚ ਪੁਲਿਸ ਦੇ ਮੁਲਾਜ਼ਮਾਂ ਨੇ ਇੱਕ ਇੱਕ ਚੀਜ਼ ਚੈੱਕ ਕੀਤੀ, ਫਰੋਲਾ ਫਰਾਲੀ ਕੀਤੀ। SSP ਅਸ਼ਵਨੀ ਕਪੂਰ ਵੀ ਨਾਲ ਮੌਜੂਦ ਰਹੇ। ਤਾਂ ਤਰਨ ਤਾਰਨ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਨਜ਼ਰ ਆਇਆ। ਡਰੋਨ ਦੇ ਰਾਹੀਂ ਦੇਖੋ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੀਆਂ ਡਾਰਾਂ ਨੇ ਜਿਹੜੀਆਂ ਇਲਾਕੇ ਦੇ ਵਿੱਚ ਜੋ ਸ਼ੱਕੀ ਹੈ ਜਿਸ ਨੂੰ ਲੈ ਕੇ ਇਹ ਚਰਚੇ ਨੇ ਕਿ ਇੱਥੇ ਨਸ਼ਾ ਧੜੱਲੇ ਨਾਲ ਵਿਕ ਰਿਹਾ, ਉਸ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ। ਇਹ ਪੰਜਾਬ ਗਵਰਨਮੈਂਟ ਅਤੇ ਸਾਡੇ DGP ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ 'ਤੇ ਇਹ ਰੈਗੂਲਰ ਆਪਰੇਸ਼ਨ ਚੱਲ ਰਹੇ ਹੈ। ਇਹ ਕੈਸੋ ਆਪਰੇਸ਼ਨ ਅਸੀਂ ਅੱਜ ਵੀ ਕਰ ਰਹੇ ਹਾਂ। ਇਹ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਚੱਲ ਰਿਹਾ ਹੈ। ਇਸ ਆਪਰੇਸ਼ਨ ਦਾ ਨਾਂ ਹੈ ਈਗਲ 4। ਇਸ ਤੋਂ ਪਹਿਲਾਂ 3 ਆਪਰੇਸ਼ਨ ਇਸ ਤਰ੍ਹਾਂ ਦੇ ਹੋ ਚੁੱਕੇ ਹੈ। ਅਤੇ ਜਿਹੜੇ ਸਮਗਲਰਸ, ਇਹ ਸਮਗਲਰਸ ਨੂੰ ਏ ਕੈਟਾਗਰੀ, ਬੀ ਅਤੇ ਸੀ ਕੈਟਾਗਰੀ ਵਾਈਜ਼ ਰੱਖਿਆ ਗਿਆ ਹੈ। ਅਤੇ ਉਹਨਾਂ 'ਤੇ ਅਸੀਂ ਘਰਾਂ ਦੀ ਸਰਚ, ਹੋਰ ਜਿਹੜਾ ਵੀ ਕੋਈ ਉਹਨਾਂ ਦਾ ਕਮਰਸ਼ੀਅਲ ਅਸਟੈਬਲਿਸ਼ਮੈਂਟ ਹੈ ਉੱਥੇ ਰੇਡ ਕਰ ਰਹੇ ਹਾਂ। ਅਤੇ ਜਿਹੜਾ ਵੀ ਅਸੀਂ ਆਪਰੇਸ਼ਨ ਕਰਦੇ ਹਾਂ, ਕਈ ਮੁਕੱਦਮੇ ਦਰਜ ਕੀਤੇ ਜਾਂਦੇ ਹੈ। ਅਤੇ ਅੱਜ ਵੀ SSP ਸਾਹਿਬ ਨੇ ਜਿਵੇਂ ਦੱਸਿਆ ਵੀ ਇੱਕ ਮੁਕੱਦਮਾ 450 ਗ੍ਰਾਮ ਹੀਰੋਇਨ ਦਾ ਹੋਇਆ ਹੈ। ਅਤੇ ਹਾਲੇ ਤਾਂ ਇਹ 2 ਵਜੇ ਤੱਕ ਆਪਰੇਸ਼ਨ ਚੱਲਣਾ ਹੈ ਅਤੇ ਹੋਰ ਵੀ ਰਿਕਵਰੀਜ਼ ਹੋਣਗੀਆਂ ਅਤੇ ਪੂਰੀ ਡਿਟੇਲ ਤੁਹਾਨੂੰ ਅਸੀਂ 2 ਵਜੇ ਤੋਂ ਬਾਅਦ ਦੇਵਾਂਗੇ। ਹਾਂ, ਕੈਸੋ ਆਪਰੇਸ਼ਨ 'ਚ ਮਿਲੀ ਹੈ ਸਰਾਏ ਮਾਨਤ ਖਾਨ ਦੇ ਏਰੀਏ 'ਚ, ਉਹ ਪਰਚਾ ਦਰਜ ਕਰ ਰਹੇ ਹਾਂ ਅਸੀਂ। ਅਤੇ ਹੋਰ ਜਿਹੜੀ ਸ਼ਾਮ ਨੂੰ ਕਿਹੜੀ ਡਿਟੇਲ ਰਿਕਵਰੀ ਹੋਏਗੀ ਉਹ ਵੀ ਤੁਹਾਡੇ ਧਿਆਨ 'ਚ ਲਿਆਵਾਂਗੇ।
ਸਰ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਜਿਸ ਤਰ੍ਹਾਂ ਤੁਸੀਂ ਕਮਰਸ਼ੀਅਲ ਪ੍ਰਾਪਰਟੀ ਦੀ ਗੱਲ ਕਰ ਰਹੇ ਹੋ ਉਹਦੇ ਵਾਸਤੇ ਵੀ ਕੁਝ ਐਕਸ਼ਨ ਲੈ ਰਹੇ ਜਿਹੜੇ? ਹਾਂ ਬਿਲਕੁਲ, ਜਿਹੜੇ ਕੋਈ ਵੱਡੇ ਸਮਗਲਰਸ ਹੈ, ਕਮਰਸ਼ੀਅਲ ਕੁਆਂਟਿਟੀ ਵਾਲੇ ਸਮਗਲਰਸ ਹੈ, ਅਸੀਂ ਉਹਨਾਂ ਦੀ ਪ੍ਰਾਪਰਟੀ ਵੀ ਫਰੀਜ਼ ਕਰ ਰਹੇ ਹਾਂ ਤਾਂ ਕਿ ਇਹ ਉਹਨਾਂ ਮਤਲਬ ਆਵੇ ਕਿ ਅੱਗੇ ਤੋਂ ਇਹ ਗਲਤ ਕੰਮ ਨਾ ਕਰਨ।